ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਜੀ ਆਇਆਂ ਨੂੰ। ਤੇ ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਫਿਟ ਫਾਟ ਹੋ ਗਾਇਜ਼? ਤੇ ਤੁਸੀਂ ਕਿੱਦਾਂ ਜੀ? ਮਜ਼ੇ ਚ? ਬਿਲਕੁਲ ਠੀਕ ਠਾਕ। ਅੱਜ ਕੀ ਵੇਖਣ ਆਏ ਹੋ ਫਿਰ? ਜੋ ਤੁਸੀਂ ਵਿਖਾਓਗੇ। ਅੱਜ ਫਿਰ ਆਪਾਂ ਜਿਹੜਾ ਵੀਡੀਓ ਭੇਜਿਆ ਗਿਆ ਗਾਇਜ਼ ਤੁਹਾਡੇ ਵੱਲੋਂ ਆਇਆ ਜੀ, ਇਹ ਫਰਮਾਇਸ਼ ਹੋਆ ਜੀ ਐਡਵੋਕੇਟ ਗੋਲਡੀ ਜਸਵਿੰਦਰ ਭੱਲਾ ਬਿੰਨੂ ਢਿੱਲੋਂ ਕੈਰੀਓਨ ਜੱਟਾ ਦਾ ਸੀਨ ਹੈ ਮੇਰੇ ਖਿਆਲ 'ਚ, ਟੂ ਦਾ, ਕੈਰੀਓਨ ਜੱਟਾ ਟੂ ਦਾ। ਹਾਂ, ਕੈਰੀਓਨ ਜੱਟਾ ਟੂ। ਵੈਸੇ ਜਿਹੜੀ ਪੰਜਾਬੀ ਫਿਲਮਾਂ ਸਹੀ ਅਸੀਂ ਵੇਖਣੀਆਂ ਸ਼ੁਰੂ ਕੀਤੀਆਂ ਨੇ ਨਾ, ਅਤੇ ਉਸ ਤੋਂ ਬਾਅਦ ਕੋਈ ਵੀ ਮੂਵੀ ਅਸੀਂ ਨਹੀਂ ਛੱਡੀ, ਉਹ ਸੀ ਕੈਰੀਓਨ ਜੱਟਾ। ਕੈਰੀਓਨ ਜੱਟਾ, ਹਾਂ, ਉਹਦੇ ਤੋਂ ਬਾਅਦ ਮੈਂ ਕਹਿੰਦਾ ਕਿ ਕੋਈ ਮੂਵੀ ਛੱਡੀ ਨਹੀਂ ਨਾ। ਚਲੋ ਦੇਖਦੇ ਹਾਂ ਜੀ ਕੈਰੀਓਨ ਜੱਟਾ ਟੂ ਦਾ ਇਹ ਸੀਨ, ਦੇਖਦੇ ਹਾਂ ਕਿ ਕਿੱਦਾਂ ਦਾ। ਸਟਾਰਟ ਕਰਦੇ ਹਾਂ, ਦਿਆਲੋ ਫੜੋ। ਢਿੱਲੋਂ ਮੈਂ ਸੁੱਖਿਆ ਹੋਇਆ, ਹਰ ਰੋਜ਼ ਲੇਟ ਹੀ ਆਉਣਾ। ਜਾਮ ਲੱਗਿਆ ਹੋਇਆ ਸੀ, ਉਹ 'ਚ ਫਸ ਗਿਆ ਸੀ। ਟਰੱਕ 'ਤੇ ਆਇਆ ਜਿਹੜਾ ਜਾਮ 'ਚ ਫਸ ਗਿਆ ਸੀ, ਆਇਆ ਤਾਂ ਮੋਟਰਸਾਈਕਲ 'ਤੇ ਆ ਨਾ। ਫਿਰ ਮੋਟਰਸਾਈਕਲ 'ਤੇ ਕਿਹੜਾ ਲਾਲ ਬੱਤੀ ਲੱਗੀ ਹੋਈ ਹੈ ਜਿਹਨੂੰ ਦੇਖ ਕੇ ਲੋਕ ਰਾਹ ਛੱਡ ਦੇਣਗੇ? ਪਿਓ ਨਾਲ ਗੱਲ ਕਰਨ ਦੀ ਤਮੀਜ਼ ਸਿੱਖ ਸਿੱਖ ਲਾਂਗੇ ਜਦੋਂ ਖੁੱਲ੍ਹਾ ਟਾਈਮ ਹੋਇਆ, ਨਾਲੇ ਪਿਓ ਹੋਵੋਗੇ ਘਰੇ ਹੋਵੋਗੇ, ਇੱਥੇ ਸਿਰ ਮੇਰੇ ਸੀਨੀਅਰ ਹੋ। ਹੁਣ ਆਪਾਂ ਕੰਮ ਦੀ ਗੱਲ ਕਰੀਏ। 3 ਮਹੀਨੇ ਹੋ ਗਏ ਤੁਹਾਨੂੰ ਬਿੱਲੂ ਬੰਸਲ ਦਾ ਕੇਸ ਦਿੱਤੇ ਨੂੰ, ਹਜੇ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ? ਬੇਲ ਕਿਵੇਂ ਹੋਜੂਗੀ, ਪੇਸ਼ੀ ਤੇ ਤਾਂ ਗਿਆ ਨਹੀਂ ਨਾ। ਬਿੱਲੂ ਬੰਸਲ ਨੂੰ ਕੋਰਟ ਦੀ ਮਾਨ ਮਰਿਆਦਾ ਦਾ ਜ਼ਰਾ ਖਿਆਲ ਨਹੀਂ? ਉਹ ਤਾਂ ਗਿਆ ਸੀ, ਮੈਂ ਹਾਜ਼ਰ ਨਹੀਂ ਹੋਇਆ। ਵਕੀਲ ਹੋ ਕੇ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ? ਮੈਂ ਕੀ ਕਰਾਂ, ਤੀਜੇ ਦਿਨ ਤਾਂ ਜਾਮ 'ਚ ਫਸਿਆ ਰਹਿਣਾ। ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲਓ? ਤੂੰ ਕਚਹਿਰੀਆਂ ਕੋਲ ਕੋਠੀ ਭਾਲ ਦ, ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਾਈ ਹੋਈ ਆ। ਹੁਣ ਤੱਕ ਇੱਕ ਕੇਸ ਜਿੱਤਣਾ ਤਾਂ ਦੂਰ ਦੀ ਗੱਲ, ਤੇ ਤੋਂ ਇੱਕ ਸਿੰਪਲ ਜਿਹਾ ਕੇਸ ਦੀ ਜ਼ਮਾਨਤ ਨਹੀਂ ਕਰਾ ਹੋਈ। ਜ਼ਮਾਨਤ ਸਵਾਹ ਕਰਾਵਾਂ? ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚ ਤਾਂ ਕਰੋ। 3 ਵਾਰੀ ਜੱਜ ਸਾਹਿਬ ਆਪਣੀ ਕਾਰ 'ਚ ਬਿਠਾ ਕੇ ਮੈਨੂੰ ਜਾਮ 'ਚੋਂ ਕੱਢ ਕੇ ਲੈ ਕੇ ਆਏ ਨੇ, ਅੱਧਾ ਇੰਪ੍ਰੈਸ਼ਨ ਤਾਂ ਬੰਦੇ ਦਾ ਉੱਥੇ ਡਾਊਨ ਹੋ ਜਾਂਦਾ। ਇੰਪ੍ਰੈਸ਼ਨ ਦਾ ਕੋਰਟ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਹੁੰਦਾ, ਮੰਮੀ ਜੀ ਕਹਿੰਦੇ ਸੀ ਹੁੰਦਾ। ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾ ਆਉਂਦਾ ਹੋਵੇ, ਪਰ ਇੰਪ੍ਰੈਸ਼ਨ ਗੁੱਡ ਪੈਣਾ ਚਾਹੀਦਾ। ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼ੀਰੀ ਦੇਵੀ ਸੀ, ਆ ਤਾਂ ਚੜੇਲ ਲੱਗੀ ਸੀ, ਫਿਰ ਉਹਨੂੰ ਮਿਲਿਆ ਵੀ ਬਾਅਦ 'ਚ ਕੀ? ਭੂਤ। ਬਸ ਇਹ ਭੂਤ ਤੇ ਚੜੇਲ ਨੇ ਰਲ ਕੇ ਇਹ ਸਾਲਾ ਰਾਕਸ਼ ਜੰਮ ਲਿਆ। ਕਈ ਵਾਰੀ ਮੈਨੂੰ ਸ਼ੱਕ ਪੈਂਦਾ ਤੂੰ ਸਾਡੀ ਔਲਾਦ ਹੈ ਨਹੀਂ, ਕਿਸੇ ਸਾਲੇ ਨੇ ਆਪਣਾ ਜਵਾਕ ਹਸਪਤਾਲ 'ਚ ਬਦਲਤਾ। ਐ ਤੁਹਾਨੂੰ ਕੋਈ ਦੇ ਦੂ ਆਪਣਾ ਜਵਾਕ? ਜਿਹੇ ਜੇ ਤੁਹਾਡੇ ਹਾਲਾਤ ਨੇ ਤੁਹਾਨੂੰ ਕੋਈ ਸੂਈ ਹੋਈ ਕੁੱਤੀ ਦਾ ਕਤੂਰਾ ਨਾ ਦੇਵੇ। ਭੋਲੀ ਬਕਵਾਸ ਕਰ, ਰੱਬ ਦਾ ਵਾਸਤਾ ਤੂੰ ਭਾਵੇਂ 12 ਵਜੇ ਆ ਜਾ ਕਰ, ਪਰ ਮੇਰੇ ਨਾਲ ਆ ਕੇ ਕਚਹਿਰੀਆਂ 'ਚ ਬਹਿਸ ਨਾ ਕਰਿਆ ਕਰ। ਤੇਰੀਆਂ ਇਹਨਾਂ ਹਰਕਤਾਂ ਕਰਕੇ ਵਕੀਲ ਯੂਨੀਅਨ 'ਚ ਸਾਡੀ ਥੂ ਥੂ ਹੋਈ ਪਈ ਆ। ਕਈ ਵਕੀਲਾਂ ਨੇ ਚੈਂਬਰ ਦੇ ਬਾਹਰ ਲੈ ਕੇ ਲਾਇਆ ਹੋਇਆ, ਜੇ ਕੇਸ ਲੜਨਾ ਤਾਂ ਸਾਡੇ ਕੋਲੋਂ, ਜੇ ਉਹ ਲੜਨਾ ਤਾਂ ਢਿੱਲੋਂ ਕੋਲ ਜਾ। ਹੌਸਲਾ ਰੱਖੋ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਉਹ ਤਾਂ ਜੱਜ ਦੇ ਬਿਨਾਂ ਅੰਦਰ ਨਹੀਂ ਵੜ ਦਿੰਦਾ ਤਾਂ ਪਾਇਆ। ਉਹਨੇ ਕੀ ਬਿੱਲੂ ਦੀ ਜ਼ਮਾਨਤ ਕਰਾ ਦੇ, ਹੋਰ ਮੈਂ ਤੇਰੇ ਕੋਲੋਂ ਕਤੂਰਾ ਮੰਗਿਆ। ਜਨਾਬ, ਮੈਂ ਆਪਣੇ ਵਕੀਲ ਨਾਲ ਕੱਲਿਆਂ 'ਚ ਗੱਲ ਕਰ ਲਾਂ। ਨਹੀਂ ਕਰ ਸਕਦਾ। ਹੈ, ਚਲੋ ਫਿਰ ਤੁਸੀਂ ਨਾਲ ਹੋ ਲਓ। ਜਿਹੜੀਆਂ ਮਾਂ ਭੈਣ ਦੀਆਂ ਗਾਲਾਂ ਮੈਂ ਉਹਨੂੰ ਕੱਢਣੀਆਂ, ਉਹ ਤੁਸੀਂ ਵੀ ਸੁਣ ਲਿਓ। ਡੈਡੀ ਆ ਗਈ ਤੇਰੇ। ਸਤਿ ਸ਼੍ਰੀ ਅਕਾਲ ਅੰਕਲ। ਹੱਥ ਤੇਰੀ ਮਾਂ ਨੂੰ, ਤੇਰੀ ਨੂੰ, ਹੱਥ ਤੇਰੀ ਭੈਣ ਨੂੰ, ਤੇਰੀ। ਪੁਲਿਸ ਨਾਲ ਖੜੀ ਹੈ, ਤੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕਰ ਸਕਦਾ। ਫਿਰ ਮੈਂ ਕੰਨ 'ਚ ਕੱਢ ਲੈਂਦਾ, ਪਰ ਫਿਰ ਦੇਖ ਲਓ, ਨਾ ਤਾਂ ਗਾਲ ਕੱਢਣ ਵਾਲੇ ਨੂੰ ਸਵਾਦ ਆਉਣਾ, ਨਾ ਸੁਣਨ ਵਾਲੇ ਨੂੰ ਆਉਣਾ। ਉਹ ਬੰਦਾ ਬਣ ਕੇ ਜਿਹੜੀ ਗੱਲ ਕਰਨੀ ਕਰ, ਨਹੀਂ ਤਾਂ ਸਿੱਧਾ ਪੇਸ਼ੀ ਚੱਲ। ਮੇਰਾ ਕਸੂਰ ਕੀ ਹੈ ਦੱਸ? ਆਪਾਂ ਜੱਜ ਸਾਹਿਬ ਤੋਂ ਪੁੱਛ ਲੈਂਦੇ ਅੰਕਲ। ਫਿਰ ਤੂੰ ਇੱਥੇ ਆਂਡੇ ਵੇਚਣ ਨੂੰ ਖੜਾ ਹੈ? ਅੰਕਲ, ਕਸੂਰ ਤਾਂ ਕੋਈ ਜ਼ਿਆਦਾ ਹੈ ਨਹੀਂ ਸੀਗਾ, ਤੁਸੀਂ ਤਾਂ ਮੇਰੇ ਕਹਿਣ ਦੇ ਉੱਤੇ ਬਦਮਾਸ਼ੀ ਛੱਡ ਕੇ ਲੋਕ ਭਲਾਈ ਦੇ ਕੰਮਾਂ 'ਚ ਪੈ ਗਏ ਸੀਗੇ। ਇੱਕ ਵਾਰੀ ਗਰੀਬਾਂ ਨੂੰ ਕੰਬਲ ਵੰਡ ਰਹੇ ਸੀਗੇ, ਇੱਕ ਗਰੀਬ ਨੇ ਬੀੜੀ ਪੀ ਕੇ ਤੁਹਾਡੇ ਪੈਰ 'ਤੇ ਬਜਾਤੀ, ਬਸ ਨਾਲ ਹੀ ਤੁਹਾਨੂੰ ਗੁੱਸਾ ਆ ਗਿਆ, ਉਹੀ ਕੰਬਲ ਗਰੀਬ ਦੇ ਉੱਤੇ ਪਾ ਕੇ ਤੁਸੀਂ ਉਹਨੂੰ ਫੈਂਟਤਾ, ਬਸ ਜ਼ਿਆਦਾ ਕਸੂਰ ਤਾਂ ਕੋਈ ਵੀ ਨਹੀਂ ਸੀਗਾ ਜੀ। ਦੱਸ ਬਈ, ਇੰਨੇ ਕੁ ਕੰਮ ਦੇ ਪਿੱਛੇ 3 ਮਹੀਨੇ ਜੇਲ੍ਹ 'ਚ ਕੌਣ ਰਹਿੰਦਾ? ਦਰਅਸਲ ਅੰਕਲ, ਤੁਹਾਡਾ ਕੇਸ ਸਟੱਡੀ ਕਰਨ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਗਿਆ। ਕਿਉਂ? ਮੈਂ ਪਾਕਿਸਤਾਨ ਤੋਂ ਬੰਬ ਲੈ ਕੇ ਆਇਆ, ਉਹ ਇੱਕ ਗਰੀਬ ਦੀ ਕੰਬਲ ਕੁੱਟ ਕੀਤੀ ਹੈ, ਇਹਦੇ ਵਿੱਚ ਕੇਸ ਸਟੱਡੀ ਕੀ ਕਰ ਰਿਹਾ ਸੀਗਾ ਤੂੰ? ਇਹ ਤਾਂ ਚੰਗਾ ਤਾਂ ਮੈਂ ਕੁੜੀ ਨੂੰ ਕਿਲੋ ਬਦਾਮ ਖਵਾ ਕੇ ਆਪਣਾ ਕੇਸ ਲੜਾ ਲੈਂਦਾ, ਹੁਣ ਨੂੰ ਬਰੀ ਹੋ ਗਿਆ ਹੁੰਦਾ ਮੈਂ। ਤੁਹਾਡੀ ਬੇਲ ਅੱਜ ਹੀ ਹੋ ਜੂ ਅੰਕਲ, ਅੱਜ ਹੀ ਹੋ ਜੂ, ਮੇਰੇ ਤੇ ਵਿਸ਼ਵਾਸ ਕਰੋ। ਫੀਸ ਕਾਹਦੀ? ਫੀਸ ਹੋਏ ਥੱਲੜੀ ਫਾਈਲ ਚੱਕੋ, ਨਾਲੇ ਤੁਸੀਂ ਇਹ ਨਾ ਕਹੋ ਇਹਨੇ ਮੇਰੀ ਫੀਸ ਮਾਰ ਲੈਣੀ ਹੈ। ਚਾਚੂ, ਪਹਿਲਾਂ ਤਾਂ ਮੈਨੂੰ ਕੋਰਟ ਚਾਚੂ ਕਹਿਣਾ ਬੰਦ ਕਰੋ। ਤੁਸੀਂ ਇਹਨਾਂ ਦੀਆਂ ਫਾਲਤੂ ਪੇਸ਼ੀਆਂ ਪਵਾ ਕੇ ਇਹਨਾਂ ਤੋਂ ਪੈਸੇ ਲੁੱਟ ਰਹੇ ਹੋ? ਨਹੀਂ ਚਾਚੂ, ਸੋਰੀ ਮਾਈ ਲਾਰਡ, ਦਰਅਸਲ ਇਹਨਾਂ ਦੀ ਧੀ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਉਹਦਾ ਇਸ ਕੇਸ ਨਾਲ ਕੀ ਲੈਣਾ ਦੇਣਾ? ਪਰ ਮੇਰੇ ਨਾਲ ਤਾਂ ਹੈ ਨਾ। ਜੇ ਤੁਸੀਂ ਇਹ ਕਹਿਤਾ ਵੀ ਇਹ ਕੇਸ ਇੰਨਾ ਈਜ਼ੀ ਸੀ ਤਾਂ ਮੇਰਾ ਰਿਸ਼ਤਾ ਟੁੱਟ ਜੂ। ਸਗਾ ਤੁਸੀਂ ਇਹ ਕਹਿ ਕੇ ਮੇਰੀ ਮਦਦ ਕਰੋ ਵੀ ਇਹ ਕੇਸ ਬਹੁਤ ਟਫ ਸੀ, ਮੇਰੀ ਮੈਰਿਜ ਹੋ ਜੂ। ਕੋਰਟ ਮੇਰੀ ਮਦਦ ਕਰੇ, ਮੈਂ ਕੋਰਟ ਦੀ ਮਦਦ ਕਰੂੰਗਾ। ਤੂੰ ਕੋਰਟ ਦੀ ਕਿਵੇਂ ਮਦਦ ਕਰੇਗਾ ਬਾਈ? ਕੋਰਟ ਮੈਰਿਜ ਕਰਵਾ ਕੇ 4 ਪੈਸੇ ਕੋਰਟ ਦੇ ਵੀ ਤਾਂ ਬਣਨਗੇ ਨਾ। ਪਹਿਲਾਂ ਤਾਂ ਤੁਸੀਂ ਬੰਦਿਆਂ ਵਾਂਗ ਕੇਸ ਲੜਨਾ ਸਿੱਖੋ, ਵਿਸ਼ਵਾਸ ਵਾਲਾ ਕੰਮ ਕਰ ਤਾਂ ਚੱਲੂਗਾ। ਤੁਸੀਂ ਮੇਰੇ ਡੈਡੀ ਦੇ ਦੋਸਤ ਰਹੀ ਚਾਚੂ,
मैं तो सुनिया सी कानून दी अखां नहीं होंदियां, पर अज पता लगे चाचू भी कानून का दिल भी नहीं होंदा। समझ गया। जाओ। सही फाइल मिल चुकी है योर ऑनर। मेरा मुअक्कल बिल्लू बंसल, बिल्लू बंसल ने यह कोई जुर्म नहीं किया कि इन बेल ना मिल सके। मैं पूरी मेहनत के नाल मशक्कत के नाल दिन रात एक करके खून पसीना बहा के यह फाइल तैयार की है। हो सकता इस केस विच बिल्लू बंसल नूं सालां बदी अंदर रहना पैंदा। माय लॉर्ड, केस तुसीं देख ही चुके हो जिहदी फाइल तुहाडे सामने है। केस ते पूरी नज़र मारदे होए अदालत इस फैसले ते पहुंचदी है कि बिल्लू बंसल नूं बेल दे दित्ती जावे। ਹੁਣ ਤੂੰ ਮੈਨੂੰ ਚੈਨ ਨਾਲ ਜੀਣ ਦੇਣਾ ਕਿ ਨਹੀਂ ਦੇਣਾ? ਨਾ ਹੁਣ ਕਿਹੜੀ ਮੇਰੀ ਮੋਟਰਸਾਈਕਲ ਦੀ ਚੇਨ ਤੁਹਾਡੀ ਮੂਹਰੀ ਚੜ ਗਈ? ਜੇ ਮੇਰੇ ਕੇਸ ਲੜਨ ਦੇ ਤਰੀਕੇ ਤੋਂ ਜੱਜ ਇੰਪ੍ਰੈਸ ਸੀ, ਤੈਨੂੰ ਕੀ ਲੋੜ ਸੀ ਉੱਥੇ ਬਕਵਾਸ ਕਰਨ ਦੀ ਕਿ ਡੈਡੀ ਦੀ ਤਾਂ ਲਾ ਦੇ ਵਿੱਚ ਕੰਪਾਰਟਮੈਂਟ ਆਈ ਸੀ। ਤੇਰੇ ਕਰਕੇ ਮੇਰਾ ਬਾਰ ਕਾਉਂਸਲ ਦਾ ਲਾਇਸੈਂਸ ਕੈਂਸਲ ਹੁੰਦਾ ਬਚਿਆ। ਮੈਂ ਤਾਂ ਆਪਣੀ ਮੰਮੀ ਜੀ ਦੀ ਸਿੱਖਿਆ ਨੂੰ ਫੋਲੋ ਕਰਦਾ। ਉਹਨਾਂ ਨੇ ਬਸ ਇੱਕੋ ਗੱਲ ਸਿਖਾਈ ਸੀ, ਪੁੱਤ ਜ਼ਿੰਦਗੀ 'ਚ ਨਾ ਹੀ ਕਦੇ ਝੂਠ ਬੋਲੀ ਤੇ ਨਾ ਹੀ ਕਿਸੇ ਨੂੰ ਬੋਲਣ ਦੀ। ਜੇ ਆਪਣੀ ਮਾਂ ਦੇ ਸਿਖਾਏ ਪੈਂਤਰੇ ਕੋਡ ਦੇ ਵਿੱਚ ਵਰਤਣੇ ਸੀ ਤਾਂ ਲਾ ਕਾਲਜ ਦੇ ਵਿੱਚ ਧੱਕੇ ਖਾਣ ਦੀ ਕੀ ਲੋੜ ਸੀ? ਉਹਦੇ ਕੋਲੇ ਵਕਾਲਤ ਸਿੱਖ ਲੈਣੀ ਸੀ। ਜੇ ਅੱਜ ਮੇਰੇ ਮੰਮੀ ਜੀ ਜਿਉਂਦੇ ਹੁੰਦੇ ਮੈਂ ਅੱਜ ਜੱਜ ਲੱਗਿਆ ਹੋਣਾ ਸੀ। ਦਿਖਾਈ ਜੱਜ ਵਾਲੀ ਪੁੱਠੀ ਸਾਲਿਆ, ਦੱਸ ਵੀ ਤਾਂ ਤੈਨੂੰ ਪੈਸੇ ਦੇ ਕੇ ਪਾਸ ਕਰਾਈ ਆ। ਨਾ ਆਸਾਨ ਕਰਤਾ ਮੇਰੇ ਤੇ ਕੋਈ, ਬੱਚਿਆਂ ਦੀ ਪੜ੍ਹਾਈ ਤੇ ਮਾਪੇ ਪੈਸੇ ਲਾਉਂਦੇ ਹੁੰਦੇ ਨੇ। ਤੁਸੀਂ ਤਾਂ ਮੇਰੇ ਨਾਲ ਟ੍ਰੀਟ ਵੀ ਐਂ ਕਰਦੇ ਹੋ ਜਿਵੇਂ ਮੈਂ ਲਾਟਰੀ 'ਚ ਨਿਕਲਿਆ ਹੁੰਦਾ। ਲਾਟਰੀ? ਉਹ ਤੂੰ ਤਾਂ ਉਹ ਸਰਕਾਰੀ ਸੰਮਣ ਜਿਹਨੂੰ ਨਾ ਚਾਹੁੰਦਾ ਵੀ ਫਾਨਾ ਪੈਂਦਾ, ਨਹੀਂ ਤਾਂ ਮੇਰੇ ਨਾਲ ਘਰੇ ਤੂੰ ਮੈਂ ਕਰਦਾ ਰਹਿਣਾ। ਇਹੀ ਜਾ ਕੇ ਜੇ ਕੋਰਟ 'ਚ ਕਰੇ ਚਾਰ ਪੈਸੇ ਮੈਂ ਕਮਾ ਕੇ ਲੈ ਗਿਆ। ਨਿਕਲੇ ਨਾ ਬਿੱਲੀ ਥੈਲਿਓ ਬਾਹਰ, ਆ ਗਈ ਨਾ ਗੱਲ ਪੈਸੇ ਤੇ, ਮੈਂ ਪੈਸਾ ਨਾਲ ਲੈ ਕੇ ਜਾਣਾ। ਸਾਲਿਆ ਜਿੱਦਾਂ ਤੇ ਤੂੰ ਸ਼ੌਕ ਪਾਲੇ ਆ ਨਾ, ਛੱਡ ਕੇ ਤੂੰ ਇੱਥੇ ਵੀ ਨਹੀਂ ਜਾਣਾ। ਆ ਭੈੜੀਆਂ ਭੈੜੀਆਂ ਐਗਜ਼ਾਮਪਲਾਂ ਦੰਨਾ, ਇਹਦਾ ਮਤਲਬ ਸਾਰੀ ਉਮਰ ਪੈਸਾ ਕਮਾਏਗਾ ਹੀ ਨਹੀਂ। ਹੀਰੋ ਜਵਾਨੀ ਵੇਲੇ ਤੇ ਵਕੀਲ ਬੜਾਪੇ ਵੇਲੇ ਪੈਸੇ ਕਮਾਉਂਦੇ ਹੁੰਦੇ ਨੇ। ਆਪ ਕਹੀ ਵੀ ਤੇਰੀ ਮਾਂ ਹੀ ਸਿਖਾ ਕੇ ਗਈ ਹੋਣੀ। ਮੇਰੀ ਮਾਂ ਨੇ ਤਾਂ ਇਹ ਵੀ ਸਿਖਾਇਆ ਸੀ ਵੀ ਆਦਤ ਤੋਂ ਘੱਟ ਆਈ ਕਿਉਂ ਵਾਲੇ ਬੰਦੇ ਦੇ ਮੂੰਹ ਹੀ ਨਹੀਂ ਲੱਗੀਦਾ ਹੁੰਦਾ। ਬਸ ਇਹਨਾਂ ਘਟੀਆ ਆਦਤਾਂ ਕਰਕੇ ਤੇਰੀ ਮਾਂ ਦੀ ਆਤਮਾ ਹਜੇ ਤੱਕ ਭਟਕਦੀ ਫਿਰਦੀ ਆ ਉੱਪਰ। ਉਹ ਧਰਮਰਾਜ ਨੂੰ ਵੀ ਆਪਣੇ ਲੈਵਲ ਦਾ ਨਹੀਂ ਸਮਝਦੀ, ਤਾਂ ਹੀ ਅਜੇ ਤੱਕ ਉੱਪਰ ਐਡਜਸਟ ਨਹੀਂ ਹੋਈ। ਥੱਲੇ ਬੜਾ ਐਡਜਸਟ ਹੋ ਗਈ ਸੀ ਤੁਹਾਡੇ ਨਾਲ। ਸਾਲੀ ਗੰਦੀ ਔਲਾਦ, ਨਾ ਮੈਂ ਜ਼ਰਾ ਸਵਾਲ ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਰੇ ਹੋਣਾ ਨਹੀਂ ਕੀਤਾ। ਪਿੱਠ ਪਿੱਛੇ ਕਰਾਂ ਸਾਲਿਆ? ਡਮਰੂ ਆ ਜਿਹੜਾ ਪਿੱਛੇ ਵਜਾਉਣਾ। ਡਮਰੂ ਰਿਛ ਮੂਰੇ ਵਜਾਈਦਾ ਸਾਲਿਆ? ਆਪਣੀ ਮਾਂ ਨੂੰ ਪੁੱਛ ਜਿਵੇਂ ਰਿਛ ਪਸੰਦ ਕੀਤਾ ਸੀ। ਕਾਸ਼ ਮੇਰੀ ਮਾਂ ਨੇ ਮੈਨੂੰ ਪਹਿਲਾਂ ਜੰਮਿਆ ਹੁੰਦਾ, ਮੈਂ ਰਿਛ ਨਹੀਂ ਹੋਣ ਦੇਣਾ ਸੀ। ਸੋਲਿਆ ਪਾਰਵਤੀ ਕੋ ਸਾਲਾ ਮੇਰੇ ਯੋਗਦਾਨ ਤੋਂ ਬਿਨਾਂ ਹੀ ਤੇਰੇ ਨਾਲ ਪਿੱਛੋਂ ਹੀ ਆਉਣ ਨੂੰ ਫਿਰਦਾ। ਲੋਹੇ ਦਾ ਟੱਚ ਹੈ। ਬੋਲੋ, ਕੋਈ ਸ਼ਰਮ ਹੈ? ਕਾਦੀ ਆ ਜਿਹੜਾ ਮੂੰਹ ਕਾਲਾ ਕਰਾਇਆ, ਹੋਰ ਕਾਦੀ? ਹੁਣ ਮੈਂ ਕੀ ਕਰਤਾ ਸਾਲਿਆ? ਵਿਆਹ ਕਰਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ, ਇਹ ਉਹੀ ਤਾਂ ਕੁੜੀ ਆ ਜਿਹਦੇ ਨਾਲ ਮੈਂ ਤੇਰਾ ਰਿਸ਼ਤਾ ਪੱਕਾ ਕੀਤਾ ਸੀ। ਡੈਡੀ, ਮੈਂ ਗੋਲਡੀ ਬੋਲ ਰਿਹਾ, ਤੁਸੀਂ ਕਿਹਨੂੰ ਫੁੱਲਾਇਆ? ਆਪਣੀ ਗੰਦੀ ਔਲਾਦ ਨੂੰ। ਸਾਲਾ ਲੋਕਾਂ ਨੂੰ ਦੱਸਦਾ ਫਿਰਦਾ ਮੇਰਾ ਬਾਪੂ ਦਾਜ ਦਾ ਭੁੱਖਾ। ਕੀ ਬੋਲੀ ਜਾਂਦੇ ਤੁਸੀਂ? ਤੁਸੀਂ ਇਹ ਦੱਸੋ ਤੁਸੀਂ ਹੈ ਕਿੱਥੇ ਹੋ, ਮੈਂ ਤੁਹਾਡਾ ਝਾੜਾ ਪਵਾ ਕੇ ਲਿਆਉਣਾ। ਅੱਛਾ, ਕੁੜੀ ਤੇ ਉਹਦੇ ਚਾਚਾ ਜੀ ਝੂਠ ਬੋਲਦੇ ਆ? ਕੁੜੀ ਦਾ ਤਾਂ ਕੋਈ ਚਾਚਾ ਹੀ ਹੈ ਨਹੀਂ। ਡੈਡੀ, ਤੁਸੀਂ ਹਿੱਲ ਗਏ। ਮੈਂ ਨਾ ਤੇਰੇ ਫੋਨ ਤੇ ਹੀ ਛਿੱਤਰ ਫੇਰ ਦੇਣਿਆ। ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਮੈਂ ਤੋਂ ਧੋਖਾ ਗਿਆ। ਹੱਥ ਲਾਓ ਤੁਸੀਂ। ਹੱਥ ਤਾਂ ਪੁੱਤ ਮੈਂ ਐਸਾ ਲਾਉਂ ਕਿ ਹੱਥ ਲਾਲਾ ਵੇਖੇਗਾ। ਮੈਂ ਖੜਾ ਹੀ ਤੇਰੇ ਸਹੁਰਿਆਂ ਦੇ ਘਰੇ ਆ। ਨਹੀਂ ਸਾਲਿਆ, ਤੈਨੂੰ ਦੱਸ ਦਿੰਦਾ ਕਿਵੇਂ ਬਕਵਾਸ ਕਰੀਦਾ। ਕਹੇ ਜੇ ਮੇਰੇ ਸਹੁਰੇ ਨੇ ਜਿਹੜੇ ਇੰਨਾ ਕੁਛ ਮੇਰੇ ਖਿਲਾਫ ਸੁਣੀ ਜਾਂਦੇ ਨੇ, ਪਤਾ ਨਹੀਂ ਕਿੱਥੇ ਝਪਕਦੇ ਫਿਰਦੇ ਹੋ। ਇੱਕ ਗੱਲ ਆ ਭੁੱਲੀ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਵਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ। ਕਦੇ ਕੋਈ ਕੁੜੀ ਕਹਿੰਦਾ ਸੁਣਿਆ ਵੀ ਲਾਲ ਚੱਕਾ ਹੋਈ ਨਹੀਂ ਪਾਇਆ? ਕੋਈ ਕਾਲੇ ਕੱਚੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕੱਚਾ ਹੋਈ ਨਹੀਂ ਪਾਇਆ? ਇੱਕ ਤੁਸੀਂ ਜਿਹੜੇ ਯੂਨੀਫਾਰਮ ਦੀ ਟੌਰ ਮਾਰਦੇ ਹੋ, ਰੱਬ ਤੋਂ ਡਰੋ, ਰੱਬ ਸਭ ਦੇਖਦਾ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਉਹ ਮੰਨਦਾ ਨਹੀਂ ਕਿ ਉਹਨੇ ਵਿਆਹ ਕੀਤਾ। ਉਹ ਘਬਰਾ ਗਿਆ ਹੋਣਾ ਨਾ, ਕਿ ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਜਿੰਚੂ, ਬਾਕੀ ਦਾ ਡਰਾਮਾ ਆਪਾਂ ਆਪਣੇ ਘਰ ਜਾ ਕੇ ਨਾ ਕਰੀਏ। ਨੂੰ ਰਾਣੀ ਨੂੰ ਲੈ ਕੇ ਚੱਲੋ ਇੱਥੋਂ ਖੁਸ਼ੀ ਖੁਸ਼ੀ। ਗੋਰੀ ਕਰਤਾ, ਹੁਣ ਮੈਂ ਆਪਦਾ ਵਿਆਹ ਕਿਵੇਂ ਕਰਾਊਂ? ਯਾਰ ਥੋੜ੍ਹੇ ਦਿਨਾਂ ਦੀ ਗੱਲ ਆ, ਉਸ ਤੋਂ ਬਾਅਦ ਮੈਂ ਕੈਨੇਡਾ ਲੰਘ ਜਾਣਾ ਵਾਂ, ਸਭ ਕੁਛ ਠੀਕ ਹੋਜੂ ਆਪਣੇ ਆਪ। ਨਾਲੇ ਯਾਰ ਆਪਾਂ ਤਾਂ ਸਾਰੀ ਕਚਹਿਰੀ ਘੁੰਮ ਕੇ ਵੇਖ ਲਈ, ਕੋਈ ਜਵਾਬ ਮਿਲਦਾ? ਇਹੋ ਜਿਹੇ ਵਿਗੜੇ ਕੇਸਾਂ ਦਾ ਇੱਕੋ ਹੀ ਵਕੀਲ ਹੈ, ਗੋਲਡੀ ਵਕੀਲ। ਹਾਂ ਤਾਂ ਪੰਗਾ, ਹੁਣ ਦੱਸੋ ਕਰਨਾ ਕੀ ਹੈ? ਯਾਰ ਦੇਖ, ਤੇਰੇ ਡੈਡੀ ਮੇਰੀ ਘਰਵਾਲੀ ਨੂੰ ਤੇਰੀ ਘਰਵਾਲੀ ਸਮਝ ਕੇ ਆਪਣੇ ਘਰੇ ਲਿਆਏ ਨੇ, ਬਸ ਇਸੇ ਸਿਚੁਏਸ਼ਨ ਨੂੰ ਹੈਂਡਲ ਕਰਨਾ ਵਾਂ। ਡੈਡੀ ਹੁਣੇ ਮੈਨੂੰ ਫੋਨ ਤੇ ਇੰਨੀਆਂ ਗਾਲਾਂ ਕੱਢ ਕੇ ਹਟੇ ਨੇ, ਜੇ ਕਿਤੇ ਮੈਂ ਸਾਹਮਣੇ ਆ ਗਿਆ ਮੇਰਾ ਤਾਂ ਜਲੂਸ ਕਰ ਦੇਣਗੇ। ਯਾਰ ਤੈਨੂੰ ਦੱਸੀ ਤਾਂ ਜਾਂਦੇ ਹਾਂ, ਅਸੀਂ ਤਾਂ ਕਿਸੇ ਵਕੀਲ ਕੋਲ ਵੀ ਜਾ ਸਕਦੇ ਸੀ, ਪਰ ਅਗਲਾ ਹਰੇਕ ਹੀ ਕਹਿੰਦਾ ਵਾ ਇਹੋ ਜਿਹਾ ਵਿਗੜਿਆ ਕੇਸ ਇੱਕੇ ਬੰਦਾ ਹੈਂਡਲ ਕਰ ਸਕਦਾ। ਮੱਖਣ ਕੀ? ਮੱਖਣ ਅਬਲੀਅਤ ਵੀ ਪੰਗਾ ਹੀ ਹੈ, ਨਾਲ ਹੀ ਚੌੜਾ ਹੋ ਗਿਆ। ਓਕੇ ਓਕੇ ਗਾਇਸ, ਤੇ ਐਸੀ ਫਨੀ ਕਲਿੱਪ, ਫਨੀ ਸੀਨ ਸੀ ਕੈਰੀ ਔਨ ਜੱਟਾ 2 ਦਾ, ਤੇ ਬਿੰਨੂ ਢਿੱਲੋਂ ਤੇ ਜਸਵਿੰਦਰ ਭੱਲਾ, ਕਿੱਦਾਂ ਦੀ ਲੱਗੀ ਉਹਨਾਂ ਦੀ ਐਕਟਿੰਗ? ਬਹੁਤ ਜ਼ਬਰਦਸਤ ਯਾਰ, ਇਹਨਾਂ ਦੀ ਐਕਟਿੰਗ ਦੇਖ ਕੇ ਨਾ ਬੰਦਾ, ਮੈਨੂੰ ਨਹੀਂ ਲੱਗਦਾ ਕਿ 5 ਮਿੰਟ ਸੀਰੀਅਸ ਹੋ ਕੇ ਇਹਨਾਂ ਦੀ ਵੀਡੀਓ ਦੇਖ ਸਕਦਾ। ਅੱਛਾ, ਇਹਨਾਂ ਦੀ ਇਹ ਜਿਹੜੀ ਹੈ ਨਾ, ਮੇਰੇ ਖਿਆਲ 'ਚ ਇਹ ਉਹ ਐਸੇ ਕਰੈਕਟਰ ਨੇ, ਗੁਰਪ੍ਰੀਤ ਘੁੱਗੀ ਭਾਅ ਜੀ ਵੀ ਹੋ ਗਏ,
ਕਿ ਜਿਨ੍ਹਾਂ ਨੇ ਨਾ ਪੰਜਾਬੀ ਫਿਲਮ ਇੰਡਸਟਰੀ ਨੂੰ ਜ਼ਮੀਨ ਤੋਂ ਚੁੱਕ ਕੇ ਸਮਾਨ ਤੇ ਲੈ ਗਏ ਨੇ ਬੇਸ਼ੱਕ ਇਹਨਾਂ ਦੀ ਬਹੁਤ ਮਿਹਨਤ ਹੈ ਮਤਲਬ ਇਹਨਾਂ ਦਾ ਬਹੁਤ ਹੀ ਜ਼ਿਆਦਾ ਨਾ ਇੱਕ ਰੋਲ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਤੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਕੋਮੇਡੀਅਨ ਨੇ ਜਿਸ ਟਾਈਪ ਦੇ ਫੈਮਿਲੀ ਕੋਮੇਡੀ ਬਹੁਤ ਹੀ ਜ਼ਬਰਦਸਤ ਇਹਨਾਂ ਦੀ ਅਤੇ ਫਿਲਮਾਂ ਜਿਹੜੀਆਂ ਵੀ ਹੁੰਦੀਆਂ ਨੇ ਜਿਹਨਾਂ ਵਿੱਚ ਇਹ ਹੋਣਗੇ ਅਤੇ ਉੱਥੇ ਤੁਸੀਂ ਆਪਣੀ ਹੱਸੀ ਦਾ ਕੰਟਰੋਲ ਨਹੀਂ ਕਰ ਸਕਦੇ ਪੰਜਾਬੀ ਫਿਲਮ ਕੋਈ ਵੀ ਅਗਰ ਨਵੀਂ ਆਉਂਦੀ ਹੈ ਬੰਦਾ ਸਭ ਤੋਂ ਪਹਿਲੇ ਇਹੀ ਸੋਚਦਾ ਯਾਰ ਘੁੱਗੀ ਸ਼ਾਹ ਇਹਦੇ ਵਿੱਚ ਇਹ ਹੈ ਇਹਦੇ ਵਿੱਚ ਇਹ ਉਹ ਸਾਰੇ ਦੇਖਦੇ ਕਰੈਕਟਰ ਹੈਗਾ ਅਤੇ ਇਹ ਫਿਰ ਤਾਂ ਕਹਿੰਦੇ ਕਿ ਮੂਵੀ ਕਮਾਲ ਹੈ ਯਾਰ ਅੱਛੀ ਹੋਏਗੀ ਮਜ਼ਾ ਹੀ ਹੋਏਗਾ ਹਾਂ ਬਿਲਕੁਲ ਅਤੇ ਗਾਇਸ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਜ ਦਾ ਇਹ ਕਲਿੱਪ ਕਮੈਂਟ ਜ਼ਰੂਰ ਕਰਿਓ ਅਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੇ ਵੀਡੀਓ 'ਚ ਨੈਕਸਟ ਕਿਹੜਾ ਵੀਡੀਓ ਦੇਖਿਆ ਜਾਵੇ ਇਹ ਵੀ ਲਾਜ਼ਮੀ ਦੱਸਿਓ ਕਮੈਂਟ ਸੈਕਸ਼ਨ 'ਚ ਅਤੇ ਹੋਣ ਦਿਓ ਇਜਾਜ਼ਤ ਗੁੱਡ ਬਾਏ ਅੱਲਾ ਹਾਫਿਜ਼